तो काम नहीं होना माड़े को पता नहीं को डरना था। HFC हाफ़स फूड कॉर्नर की तरफों ये बनाई गई बेंच पूरी आठ बड़ी ना रोडा बनाया हुआ बल्कि अस्सलामुअलैकुम जी, उम्मीद करना सा सारे ठीक हो। सो आज नी वीडियो करने हैं शुरू। आज चाचा फीस फिर बूटीक अपने पे आई फिर लगे हुए थे सफाई सफाई करने पे आई फिर कोई शुगल मेरा लगा हुआ। अच्छा अच्छा मंजूर ने खिलाफ होए हुए फिर कौन कैसे ना अच्छा मंजूर आना ओहा तो कोनी सोहा है पटना है कीने पटना फिर पता नहीं किया नहीं पटनी उसने कोलू गेट ही वापस हुँ? वापस गेट ही क्या पता पता नहीं क्या संतरा आया माड़े को नहीं डरने तुसा को डरने पता नहीं मैं क्या पता वो आने मैं हैरान होया वा के जड़ू किसरा पट्टी किना ये जोर आंदा कुत्थू है साडा आहा ये तो मानदा होया उसी है ठीक है खूह आपको तू सफाई करी देसो ना जा बूटी हूं मोली ना ये सारा मकाई किनो राम वाला करसा तसली नाल पिछा कहां पे आवजी आवाज बगैर पटसी भी कौन दूर आना बूटी पटना एलर्जी हो जानी डैम ही नेड़ा आई गया तो काम नहीं होना माड़े को पता नहीं को डरना को डरना डरना जलाव लगे वैसे मारो आना राणा ए मामा है मुंडू किसरा पट्टी की ना हाँ आना अगे पट्टन नहीं होनी सी हूं पता नहीं किया पट्टी की ना हाँ बूटी सरा पटने पे ना के मशीन होनी उधर हाथ नहीं लाने से किस तरह बूटी पट्टो पट करने पे बड़ी स्पीड है अज मावा गई के हूं घर गया पोली है मिट्टी
ਇਹ ਤਾਂ ਕਹਿੰਦਾ ਕੀੜੇ ਹੀ ਆ ਬੂਟੀ ਪਰਾਉਣੇ ਆ ਜਿਹਨੇ ਐਲਰਜੀ ਲੱਗਣੀ। ਪਤਾ ਲੱਗੇ ਵੇ ਕੰਮ ਸ਼ੰਮ ਕਰਨੇ ਪਏ। ਬਾਕੀ ਜੋ ਕੁਝ ਹੈ ਅਪਡੇਟ ਆ ਤੁਹਾਨੂੰ ਦੱਸਾਂ ਨਾਲੋ ਨਾਲ ਜੋ ਕਰਨਾ ਜੋ ਇੱਧਰ ਗਿਆ। ਦੋ ਦਿਹਾੜਾ ਦਿਹਾੜੀ ਗਈ ਵੀਡੀਓ ਸ਼ੀਡੀਓ ਕੋਈ ਬਣਾਈ ਕੋਈ ਆਪਾਂ ਆਇਆ। ਚਲੋ ਅੱਜ ਘੁਮਾਵਾਂ ਆਏ ਸੀ ਇੱਥੋਂ ਹੀ ਸਟਾਰਟ ਕਰਨੇ ਆ ਅੱਜ। ਅਗਰ ਚਾਚਾ ਮਨਜ਼ੂਰ ਆਏ ਸੀ ਉਹ ਗੇਟ ਹੀ ਵਾਪਸ ਉਹ ਘਰ ਲਏ ਸਨ, ਉਹਨੂੰ ਉਹ ਵੀ ਸਫਾਈ ਸਫਾਈ ਕਰ ਸਨ ਕਿਉਂਕਿ ਇਹ ਦਿਹਾੜੇ ਬੂਟੀ ਛੁੱਟੀ ਜਿਹੜੀਆਂ ਸਾਵਣ ਹੈ ਜਾਂ ਸਾਵਣ ਸਟਾਰਟ ਹੈ ਇਤਨੀ ਜ਼ਿਆਦਾ ਬੂਟੀ ਪਏ ਵੀ ਨਾ ਕਿ ਕਿਆ ਬਾ ਬਹੁਤ ਜ਼ਿਆਦਾ ਬੂਟੀ ਹੈ ਹਰ ਪਾਸੇ। ਇਹ ਸਾਡੀ ਕਸ ਹੈ ਇਸ ਸ਼ੁਮਾਰ ਹੀ ਕੋਣੀ ਜੰਗਲੀ ਪੰਘ ਇਤਨੀ ਜ਼ਿਆਦਾ ਆ ਇਸਨੇ ਵਿੱਚ ਕਿ ਕਹਿ ਬਈ ਉਹ ਕ੍ਰਿਕਟ ਗਰਾਊਂਡ ਸੀ ਉੱਥੇ ਬੂਟੀ ਤੱਕੀ ਨੇ ਉਹ ਲੀਂਦਰੀ ਜੀ ਉਹ ਥਾ ਮੋਲੀ ਵੀ ਕਿਤਨੀ ਜ਼ਿਆਦਾ ਹੈ। ਇਹ ਤਾਂ ਬੂਟੀ ਹਰ ਪਾਸਾ ਹੀ ਆਇਆ ਚਿੱਟੇ ਫੁੱਲਾਂ ਲਈ ਇਸ ਤਾਂ ਤਬਾਹੀ ਮਚਾਈ ਨਾ ਹਰ ਪਾਸਾ ਉਹੀ ਆ ਚਾ ਮਾਂ ਫੀ ਵੀ ਹੁਣ ਇਹ ਪਟਣੇ ਪਏ ਇਸ ਵੇਲੇ। ਇਹ ਨੱਕੇ ਦਾ ਤਾਂ ਕੋਈ ਸ਼ੁਮਾਰ ਹੀ ਕੋਣੀ ਇਤਨੀ ਜ਼ਿਆਦਾ ਹੈ ਇਹ ਕਹਿ ਬਾਈ ਹਰ ਪਾਸਾ ਹੈ ਭਰਿਆ ਵਾ ਮਤਲਬ ਜਿਹਦੇ ਨਜ਼ਰ ਜਾਣੀ ਆ ਬੂਟੀ ਹੈ। ਫਿਲਹਾਲ ਇਸ ਸਫਾਈ ਕਰਾਉਣੇ ਪਿਆ ਉਸ ਤੋਂ ਬਾਅਦ ਜਨਾਬ ਕੱਲਾ ਪਰਸੋਂ ਦੀਆਂ ਮੌਸਮ ਦਾ ਸਾਫ ਹੈ ਇੱਥੇ ਬਣਾਉਣਾ ਸੀਮਟ ਇਸ ਜਗ੍ਹਾ ਕਿਉਂਕਿ ਇੱਥੇ ਬਾਰਿਸ਼ ਹੀ ਪਾਣੀ ਜਾਣਾ ਬੂ ਤਾਂ ਫਿਰ ਸੜਕਾਂ ਕੀ ਖਤਰਾ ਹੈ ਜੇ ਪਾਣੀ ਸੀ ਥੱਲਾ ਤਰਸਣਾ ਇੱਥੇ ਪੂਰਾ ਬਾਸਾ ਸੀਮਟ। ਮਾਵਾਂ ਤੁਹਾਡੇ ਡੈਡੇ ਬੰਦੇ ਹੋਣਾ ਉਹ ਨਹੀਂ ਨਾ ਉਹ ਆਉਣਾ ਉਹ ਨਾਜ਼ੁਕ ਬੰਦਾ ਹੈ ਨਾ ਇਹ ਬਾੜੀ ਸਾਫ਼ ਕਰੀ ਉੜੀ ਨੇ ਨਾ ਇਹ ਬਾੜੀ ਉਹ ਕਰਾਂ ਕੋ ਜਿਤਨੀਆਂ ਬਾੜੀਆਂ ਮਾਵਾਂ ਜੋਸ਼ ਖਾਈ ਗਏ ਤੁਮਨ ਚਾਹੀ ਜੋਸ਼ੀਲੇ ਨੂੰ ਮਾਵੇਂ ਨੁਕਸ ਕਰੀ ਉੜੋ ਮਾਵੇਂ ਕੀ ਮਾਵੇਂ ਸਪੀਡ ਤੇਜ਼ ਹੋ ਜਾਣੀ। ਪਾਣੀ ਕੁੱਥੇ ਦੀਆਂ ਆਏ ਡੇਮ ਨਾ ਜਾਓ ਇਸ ਤਰ੍ਹਾਂ ਦੱਸਾਂ ਮੈਂ ਉਮੀਦ ਹੈ ਕਿ ਪੋਚੀ ਸੀ ਜਾਂ ਪੋਚੀ ਆਇਆ ਉਹ ਸੀ ਰੋਡ ਪਰ ਪੁਰਾਣੀ ਰੋਡ ਜਿਹੜੀ ਹੈ ਨਾ ਉੱਥੇ ਅੱਜ ਪੋਚੀ ਆਇਆ ਉਹ ਸੀ ਅੱਜ ਜੁਲੇ ਹਾਂ ਤੱਕਣੇ ਹਾਂ ਇੰਨੇ ਵੀ ਦੋ ਦਿਨਾਂ ਬਾਅਦ ਜਾਂਦਾ। ਪੁੱਠਾ ਬੰਗਸ਼ ਨੇ ਬੰਨਾ ਪਰ ਡੈਮ ਵਾਲੀ ਸਾਈਡ ਪਰ ਇਹ ਤੱਕਣੇ ਤਾਂ ਇਹ ਸਾਂ ਕਿ ਪਾਣੀ ਰੋਡ ਕਰਾਸ ਬਿਲਕੁਲ ਰੋਡਾਂ ਨਾਲ ਟੱਚ ਕਰਨਾ ਪਿਆ ਪਾਣੀ ਅੱਜ ਸ਼ਾਮੀ ਜੀਆਂ ਪਾਣੀ ਜਿਹੜਾ ਰੋਡਾਂ ਪਰ ਪੁੱਛੀਏ ਸੀ ਪੋਠਾ ਬੰਗਸ਼ ਵਾਲੀ। ਹੁਣ ਜੋ ਸਾਂ ਬੁਣ ਤੁਸਾਂ ਕਿ ਦੱਸਾਂ ਉਸ ਤੋਂ ਪਹਿਲੇ ਮਜ਼ੇ ਨੇ ਗੱਲ ਤੁਸਾਂ ਕਿ ਦੱਸ ਰਹੇ ਆਏ ਹਾਂ ਕਿ HFC ਹਾਫਜ਼ ਫੂਡ ਕਾਰਨਰ ਦੀ ਤਰਫੋਂ ਇਹ ਬਣਾਏ ਗਏ ਬੈਂਚ ਤਾਂ ਕੀ ਸਕਣਾ ਤੁਸਾਂ ਮਾਸ਼ਾਅੱਲਾ ਬਹੁਤ ਚੰਗਾ ਕੰਮ ਕੀਤਾ ਉਹਨੇ HFC ਵਾਲਿਆਂ ਤਰੇ ਬੈਂਚ ਇਹਨਾਂ ਬਣਾਏ ਨੂੰ ਇੱਥੇ ਮਾਸ਼ਾਅੱਲਾ ਬਣ ਲਿਆ ਕੱਲ੍ਹ ਸ਼ਾਮੀ ਜਾਂ ਕੌਣ ਸੀ ਅੱਜ ਸੁਬਾਹ ਹੀ ਕੁਦਰਾ ਇੰਨਾ ਬੁਲਾਏ ਨੂੰ ਇੱਕ ਇਹ ਬੈਂਚ ਹੈ ਬਾਕੀ ਦੋ ਅੱਗੇ ਨੂੰ ਲੱਗੇ ਵੇ ਹਾਂਜੀ ਬਹਿਣਿਓ ਵੀ ਮਜ਼ਾ ਕਰਨਾ ਇਹ ਤਾਂ ਬੰਦਾ ਬੇਸੀ ਇੰਜੋਏ ਕਰਸੀ ਮੌਸਮ ਖਾਸ ਕਰੀ ਸ਼ਾਮੀ ਨਾ ਪਾਣੀ ਜਿਸਰਾ ਨਾ ਲੱਗਸੀ ਹੋਰ ਮਜ਼ਾ ਕਰਸੀ ਇਨਸ਼ਾਅੱਲਾ। ਆਸਤਾ ਆਸਤਾ ਰਸ਼ ਸ਼ਾਮੀ ਦਾ ਕਾਫੀ ਥੱਬਣਾ ਜਾਣਾ ਪਿਆ ਹੁਣ ਸਭ ਵਗੈਰਾ ਗੁਣ ਜਿੱਥੋਂ ਕਹੀਂ ਦੱਸਾਂ ਹੁਣ ਬਾਕੀ ਦੋ ਬੈਂਚ ਉਹ ਅੱਗੇ ਲੱਗੇ ਵੇ ਇੱਕ ਉਹਦਾ ਹੈ ਇੱਕ ਉਹਦਾ ਹੈ ਇਹ ਹਾਫਜ਼ ਫੂਡ ਕਾਰਨਰ ਦੀ ਸ਼ਾਪ ਹੈ ਲੱਸਾ ਪੀਜ਼ਾ ਸ਼ਾਪ ਇਹ ਉਹਨਾਂ ਲਾਏ ਨੂੰ ਜਿਵੇਂ ਲੋਗੋ ਉਹਨਾਂ ਨਾਲ ਲੱਗਾ ਹੋਇਆ HFC ਤਾਂ ਕੀ ਸਕਦੇ ਮਾਸ਼ਾਅੱਲਾ ਬਹੁਤ ਚੰਗਾ ਕੰਮ ਕੀਤਾ ਨੇ ਹਾਫਜ਼ ਸਾਹਿਬ ਹਾਫਜ਼ ਇਸਹਾਕ ਸਾਹਿਬ ਅਤੇ ਮੁਹੰਮਦ ਮੁਸ਼ਤਾਕ ਉਹਨਾਂ ਨੇ ਭਾਈ ਹਾਰੇ ਜਿਹੜੇ ਮਾਸ਼ਾਅੱਲਾ ਬਹੁਤ ਚੰਗਾ ਕੰਮ ਕੀਤਾ ਨੇ ਬਰਲੇ ਕਈ ਕੋਸ਼ਿਸ਼ ਹੋਣੀ ਜਿਹੜੀਆਂ ਉਹ ਸਕਣ ਅੱਗੇ ਵੀ ਕਾਫੀ ਥਾਂ ਬੈਂਚ 'ਚ ਬਣਾਏ ਗਏ ਸੀ ਪਰ ਉਹਨਾਂ ਭੰਨੀ ਉੜੇ ਸੀ ਹੁਣ ਲੋਕਾਂ ਸਾਰਾ ਹੀ ਆ ਬਾਸਾਂ ਕਿ ਇੱਥੇ ਇੰਨਾ ਕਿ ਭੰਨਿਆ ਨਾ ਕਿ ਤਾਂ ਕਿ ਇਹ ਜਿਹੜਾ ਨਾ
इतना वाम अच्छा है, बह शामी चलो ये कि तकनी छकनी मसला हूँ जुलने अबू जी तुम्हें दसने पानिया को पानिया ने कैस पीट है लिया जी पोठा बंगश पुरानी रोड वाली तरफ अज तुम दस रहे हाँ पानी बिल्कुल माशक है रोडा ना ली है शामी जी रोड है पर आई जा सी अज पानी क्योंकि पानी डेरी ना दो फुट पानी चलना पाया ये तो बारिश ही करता वा पहले इस तू अगला जड़ा पानी है ना वह दूसरा पानी है डैम ना इंशाल्लाह जी तक कि सकना पानी है बिल्कुल नेड़ा ही आई गया अज शामी जी इस रोड है कि क्रॉस करी गई सी यह जी रोड है यह इसने पर आई जासी ये मछुआ करता वा कुछ शिकारियां शरिया ना ये है जी पोठा बंगश अगला संग दस रहे हैं पानी कुत्ता जी पहुंचे रोड है पर बिल्कुल ना लगा वा आड़ी नाल बल्कि रोड पर आई गया पानी जी दसने बिल्कुल रोड पर आई गया पानी ऐसे कि नठ पुली आठ बड़ी ना रोड पर आया हुआ बल्कि इधर पुली सराह है सराह जो आया हुआ पानी बिल्कुल ही ना लगा हुआ पानी माशाल्लाह जबरदस्त व्यू भी जबरदस्त है मौसम है काफ़ी साफ है क्योंकि दो दिन की गर्मी ना तो बिल्कुल कट है क्योंकि गर्मी से ज़्यादा होनी है तो आप ज़्यादा होनी जब आप ज़्यादा हो तो धुंध जी पे जानी जितनी वजह तो मौसम साफ नहीं होना ठीक है जी ऐसी अपडेट आज पानी है नहीं आता किसी ने उस और शामी जी आना इधर भी चढ़ी इसी ऊपर पानी डेली ना फुट दो फुट चढ़ना पे पानी इस वे बाकी अपनी साइड बनना पोठे ना जिसे सब पहले खलता उस समय वो जगह सारी जिसका पानी इसने ना टच हो सी ना बेनतहा खूबसूरती इजाफा हो सी फिर बहुत जबरदस्त बहुत दुनिया छनी बहुत दूरों दुनिया छनी यह व्यू पॉइंट तकने वास्ते पिछली बारी मैं तकिया इतना जो लास्ट टाइम पानी त्रै साल पहले चढ़िया सी मेरे भरा ने बंदे इतना छने पे से हाल ही कैब व्यू पॉइंट तकने वास्ते पोठा बंगश व्यू पॉइंट उसका बड़ा मशहूर सी फिर आस्ता आस्ता फिर जाहिर कर पानी फिर दो तीन साल नहीं चढ़िया तो हूँ यह है कि जून इंशाल्लाह ज़्यादा इजाफा हो सी इन चीज़ों में ठीक है जी उम्मीद करना तुम अज की वीडियो चंगी लगी उसी असा सुबह टाइम इतना तकरीबन हो गया उसी नौ साढ़े नौ ना या पौने दस ना इे कोई टाइम उसी सुबह सुबह जी अस इ वीडियो बनाई है अच्छा जो इजाजत इंशाल्लाह फिर नेक्स्ट वीडियो कि नहीं ताई सौ अभी कोशिश करसा कोई शाम ने टाइम कोई ड्रोन नहीं वीडियो बना कुछ लागे नहीं कुछ जगह नहीं तो इंशाल्लाह तुम दसा तो दियो इजाजत अल्लाह सुनने वाला है।